ਮੋਕਾ ਕੀ ਕਰਨ ਨਹੀਂ ਹੋ? ਕੁਛ ਨਹੀਂ ਵੀਰ ਜੀ। ਤੇਰੇ ਨਾਲ ਗੱਲ ਕਰਦੀ ਮੈਂ ਇੱਕ। ਹਾਂਜੀ ਦੱਸੋ। ਵੇ ਸੁੱਖ, ਧੀਆਂ ਧਿਆਣੀਆਂ ਜਿਹੜੀਆਂ ਨਾ ਘਰ ਵਿੱਚ ਪ੍ਰਾਹੁਣੀਆਂ ਹੁੰਦੀਆਂ ਵਾ, ਅਤੇ ਤੂੰ ਵੀ ਪ੍ਰਾਹੁਣੀ ਆ, ਕਿਉਂਕਿ ਤੂੰ ਵੀ ਇੱਥੇ ਸਦਾ ਨਹੀਂ ਰਹਿਣਾ, ਤੂੰ ਵੀ ਅਗਲੇ ਘਰ ਜਾਣਾ ਵਾ। ਵੀਰ ਜੀ ਕਹਿਣ ਦਾ ਮਤਲਬ ਕੀ ਆ? ਪੁੱਤ ਕਹਿਣ ਦਾ ਮਤਲਬ ਮੇਰਾ ਇਹ ਆ, ਵੇ ਭਾਬੀ ਗਾੜੀ ਅਸੀਂ ਨਹੀਂ ਕਦੀ ਬੋਲੇ, ਅਸੀਂ ਉਹਨੂੰ ਮਾਂ ਬਰਾਬਰ ਸਮਝਦੇ ਹਾਂ, ਅਤੇ ਤੂੰ ਦਵਿੰਦਰ ਦੇ ਨਾਲ ਲੱਗ ਕੇ ਅਤੇ ਮੇਰੇ ਖਿਆਲ ਨਾਲ ਕੱਲ੍ਹ ਗੱਲਾਂ ਗੁੱਲਾਂ ਕਰਦੀ ਰਹੀ ਕੋਈ ਭਾਬੀ ਬਾਰੇ, ਉਹਨੇ ਲਈਆਂ ਸੁਣ, ਠੀਕ ਆ? ਅਤੇ ਇੱਦਾਂ ਪੁੱਤ ਚੰਗੇ ਨਹੀਂ ਲੱਗੀਦਾ, ਤੂੰ ਸਦਾ ਇੱਥੇ ਰਹਿਣਾ ਨਹੀਂ, ਉਹਨਾਂ ਹੀ ਤੈਨੂੰ ਮਿਲਣਾ, ਅਤੇ ਦਵਿੰਦਰ ਦੇ ਤੈਨੂੰ ਸੁਭਾਅ ਦਾ ਪਤਾ ਹੀ ਆ, ਉਹਦੇ ਨਾਲ ਲੱਗ ਕੇ ਅਤੇ ਤੂੰ ਉਹਨੂੰ ਨਾ ਮਾੜਿਆ ਕਿਹਾ ਕਰ ਪੁੱਤ। ਵੀਰ ਜੀ ਤੁਸੀਂ ਵੀ ਭਾਬੀ ਦੇ ਮਗਰ ਚਾਟੀ ਲੱਗ ਜਾਂਦੇ ਜੇ, ਅਸੀਂ ਕਿਹੜੀਆਂ ਭਾਬੀਆਂ ਕੋਈ ਚੁਗਲੀਆਂ ਕਰਨ ਡੇ ਸੀ? ਗੱਲ ਤੇ ਵਿਆਰੀ ਕੰਮ ਦੀ ਹੋਣ ਡਈ ਸੀ, ਵੀ ਐਵੇਂ ਸਾਰਾ ਦਿਨ ਜਲੂਲਿਆਂ ਵਾਂਗੂ ਲੱਗੀ ਰਹਿੰਦੀ ਆ, ਮਕਾਉਂਦੀ ਨਹੀਂ ਆ। ਸੁੱਖ ਵੇਖ, ਗੁੱਸਾ ਨਾ ਕਰੀ, ਤੂੰ ਤੇ ਤਿਆਰ ਹੋ ਕੇ ਸਾਰਾ ਦਿਨ ਖੇਤ ਕੇ ਵਾਸਤੇ ਨਿਕਲ ਜਾਂਦੀ ਹੈ, ਠੀਕ ਆ? ਅਤੇ ਰਹੀ ਗੱਲ ਦਵਿੰਦਰ ਦੀ, ਉਹਨੂੰ ਜੇ ਕੋਈ ਕੰਮ ਉਹ ਕਹਿੰਦੀ ਆ ਤਾਂ ਉਹ ਸਿਰ ਫੜ ਕੇ ਬਹਿ ਲੈਂਦੀ ਆ। ਜਿਹੜੇ ਬੰਦੇ ਨੇ ਸਾਰਾ ਦਿਨ ਇਕੱਲੇ ਨੇ ਕੰਮ ਕਰਨਾ, ਉਹਦਾ ਤਾਂ ਦਿਨ ਇੱਦਾਂ ਹੀ ਲੰਘਣਾ। ਫਿਰ ਤੇ ਤੁਹਾਡਾ ਕਹਿਣ ਦਾ ਵੀਰ ਜੀ ਇਹ ਮਤਲਬ ਆ ਵੀ ਭਾਬੀ ਸਾਰਾ ਦਿਨ ਕੰਮ ਕਰਦੇ ਆ ਤੇ ਮੈਂ ਤੇ ਛੋਟੀ ਭਾਬੀ ਸਾਰਾ ਦਿਨ ਵਿਹਲੀਆਂ ਰਹਿੰਦੀਆਂ ਵਾਂ। ਜਿੱਥੋਂ ਤੱਕ ਤੇ ਮੈਂ ਵੇ ਨਾ, ਮੈਨੂੰ ਤਾਂ ਇੱਦਾਂ ਹੀ ਲੱਗਦਾ, ਤੇ ਬਾਕੀ ਪੁੱਤ ਸਮਝਾਉਣਾ ਮੇਰਾ ਫਰਜ਼ ਹੀ, ਅੱਗੇ ਤੁਸੀਂ ਵੇਖੋ। ਵੀਰ ਜੀ ਦੀ ਵੀ ਹੱਦ ਹੀ ਆ, ਹਰ ਵਕਤ ਭਾਬੀ ਦੇ ਹੱਕ 'ਚ ਖੜੇ ਰਹਿੰਦੇ ਆ, ਆਪਣੀ ਜਨਾਨੀ ਦੀ ਭਾਵੇਂ ਸੁਣਨਾ। ਤੈਨੂੰ ਕੀ ਗੱਲ ਹੋਈ ਆ, ਬੜਾ ਮੂੰਹ ਫੁਲਾਇਆ ਵਾ। ਹੋਣਾ ਕੀ ਆ, ਵੀਰ ਜੀ ਨੂੰ ਪਤਾ ਨਹੀਂ ਕੀ ਹੋਇਆ ਵਾ, ਕੀ ਹੋਇਆ 24 ਘੰਟੇ ਮੇਰੇ ਮਗਰ ਚੜੇ ਰਹਿੰਦੇ ਆ। ਕੀ ਹੋਇਆ ਵੀਰ ਨੂੰ? ਹੋਣਾ ਕੀ, ਉਹ ਕੱਲ ਵਾਲੀਆਂ ਗੱਲਾਂ ਨੂੰ ਲੈ ਕੇ ਅਸੀਂ ਤੁਸੀਂ ਦੋਵੇਂ ਜਣੀਆਂ ਭਾਬੀ ਦੀਆਂ ਚੁਗਲੀਆਂ ਕਰਨ ਡੇ ਸੀ, ਕਹਿੰਦੇ ਦਵਿੰਦਰ ਦੇ ਮਗਰ ਨਾ ਲੱਗਿਆ ਕਰ, ਉਹ ਤੇ ਹੈ ਹੀ ਇਦਾਂ ਦੀ ਆ। ਅੱਛਾ, ਇੰਨੀ ਗੱਲ ਆਖੀ ਵੀਰ ਤੇਰੇ ਨੇ? ਆਹੋ, ਮੈਨੂੰ ਤਾਂ ਪਤਾ ਨਹੀਂ ਲੱਗਾ ਅੱਜ ਤੱਕ ਵੀ ਤੁਸੀਂ ਕਿੱਦਾਂ ਦੇ ਜੇ, ਇਹਨਾਂ ਨੂੰ ਪਤਾ ਆ। ਇਹ ਗੱਲ ਮੈਂ ਵੀ ਬੜੀ ਬੜੀ ਨੋਟ ਕੀਤੀ ਆ, ਘਰ ਵਿੱਚ ਕੋਈ ਵੀ ਗੱਲ ਹੋ ਜੇ ਇਹਨੇ ਮੇਰੇ ਪਿੱਛੇ ਕਦੀ ਨਹੀਂ ਖੜਨਾ, ਤੇ ਭਾਬੀ ਦੀ ਨਿੱਕੀ ਜੀ ਗੱਲ ਹੁੰਦੀ ਨਹੀਂ ਤੇ ਇਹ ਉਹਦੇ ਪੱਖ 'ਚ ਪੂਰਾ ਖਲੋਂਦਾ ਵਾ। ਪਤਾ ਨਹੀਂ ਇਹਨੇ ਕੀ ਤਖਮਾ ਚਿੱਟਣਾ ਭਾਬੀ ਦੇ ਮਗਰ ਲਾ ਕੇ, ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ। ਸੋਚੋ ਨਾ, ਥੋੜਾ ਜਿਹਾ ਦਿਮਾਗ ਤੋਂ ਕੰਮ ਤੁਸੀਂ ਵੀ ਲਿਆ ਕਰੋ। ਅਗਲਾ ਕਹਿੰਦਾ ਤੁਸੀਂ ਤੇ ਦੋਵੇਂ ਜਣੀਆਂ ਵਿਹਲੀਆਂ ਜੇ, ਤੂੰ ਫਿਰ ਨਿਕਲ ਜਾਂਦੀ ਆ, ਉਹ ਰੋਜ਼ ਬਿਮਾਰ ਹੁੰਦੀ ਆ, ਉਹ ਸਾਰਾ ਦਿਨ ਲੱਗੀ ਰਹਿੰਦੀ ਆ। ਕੋਈ ਨੀ, ਘਰੇ ਹੀ ਆ, ਮੈਂ ਹੁਣੇ ਪੁੱਛਦੀ ਆ। ਹੁਣ ਲੱਗੂ ਕਲਾਸ ਵੀਰ ਦੀ। ਨਾ ਮੇਰੀ ਗੱਲ ਸੁਣੋ, ਜੇ ਭਾਬੀ ਦੇ ਕੰਮ ਦਾ ਏਡਾ ਹੀ ਦਰੇਗ ਆਉਂਦਾ ਨਾ, ਤੇ ਸਵੇਰੇ ਉੱਠ ਕੇ ਉਹਦੇ ਨਾਲ ਹੀ ਨਾ ਤੇ ਝਾੜੂ ਪੋਚਾ ਲਾ ਲਿਆ ਕਰੋ। ਕੀ ਮਤਲਬ ਤੇਰਾ? ਮਤਲਬ ਮੇਰਾ ਇਹ ਵੀ ਉਹ ਨੌ ਜਿੰਨੀ ਕੁੜੀ ਨੂੰ ਤੁਸੀਂ ਕਹਿਣ ਡੇ ਜੇ ਵੀ ਸਾਰਾ ਦਿਨ ਨਾ ਤੇਰੀ ਭਾਬੀ ਕੰਮ ਕਰਦੀ, ਉਹ ਨਿੱਤ ਦੀ ਬਿਮਾਰ ਰਹਿੰਦੀ ਆ, ਤੇ ਨਾ ਤੂੰ ਕੰਮ ਕਰਦੀ ਆ, ਕੀ ਗੱਲ ਏਡਾ ਭਾਬੀ ਦਾ ਤੁਹਾਨੂੰ ਦਰੇਗ ਆਉਂਦਾ ਵਾ? ਮੇਰਾ ਕੰਮ ਨਹੀਂ ਤੁਹਾਨੂੰ ਦੇਖਦਾ, ਜਿਹੜੀ ਸਵੇਰੇ ਉੱਠ ਕੇ ਝਾੜੂ ਭਾਲੀ ਸਾਰਾ ਕੰਮ ਕਰਦੀ ਆ, ਭਾਬੀ ਦਾ ਬੜਾ ਕੰਮ ਦੇਖਦਾ ਤੁਹਾਨੂੰ? ਉਹ ਮੈਂ ਤੇ ਸਮਝਾਇਆ ਉਹਨੂੰ, ਉਹਨੇ ਜਾ ਕੇ ਤੇਰੇ ਫੇਰ ਫੂਕ ਮਾਰਤੀ ਕੰਨ 'ਚ। ਮਾਰਨੀ ਨੀ ਕੁੜੀ ਤੇ, ਇੰਨੀ ਔਖੀ ਹੋਈ ਆ, ਉਹਨੇ ਮਗਾਨੇ ਘਰ ਜਾਣਾ ਵਾ, ਨਾ ਡਾਟਿਆ ਕਰੋ, 3-4 ਦਿਨ ਦੀ ਪ੍ਰਾਹੁਣੀ ਆ। ਪ੍ਰਾਹੁਣੀ ਆ ਤੇ ਤਾਂ ਹੀ ਉਹਨੂੰ ਸਮਝਾਉਣ ਡਿਆ ਵਾ ਕਿ ਉਹਨੇ ਚੱਲ ਜਾਣਾ, ਇੱਥੇ ਨਹੀਂ ਸਦਾ ਰਹਿਣਾ, ਤੇ ਜਿਹੜੀ ਜਦ ਤੂੰ ਆ ਨਿੱਕੇ ਨਿੱਕੇ ਮੁੜ ਮੁੜ ਕਰਦੀ ਰਹੀ ਉਹਨੂੰ ਗੱਲਾਂ ਸਮਝਾਉਂਦੀ ਰਹੀ ਆ, ਇਹੀ ਮੁੜ ਕੇ ਉਹਨੇ ਗਾਹ ਗਲਤ ਕਰੂਗੀ ਉੱਥੇ ਆ ਕੇ ਵੀ, ਉਲਟਾ ਸਿੱਧਾ ਉਹਨਾਂ ਨੂੰ ਅੱਸੂ ਵੀ ਆ ਗਏ। ਕੋਈ ਉਲਟਾ ਸਿੱਧਾ ਨਹੀਂ ਮੈਂ ਉਹਨੂੰ ਸਿਖਾਉਂਦੀ, ਮੈਂ ਉਹਨੂੰ ਮਾਤੀ ਦਿੰਨੀ ਆ, ਮਾੜੇ ਚੰਗੇ ਕੰਮ ਤੋਂ ਰੋਕਦੀ ਆ ਵੀ ਆਹ ਪੁੱਤ ਕਰਨ ਵਾਲਾ ਤੇ ਆਹ ਨਹੀਂ ਕਰਨ ਵਾਲਾ, ਤੁਸੀਂ ਤੇ ਹੱਦ ਕਰਤੀ ਆ, ਸਾਡੇ ਨਣਾਨ ਭਰਜਾਈ ਦੇ ਕੰਮ ਤੁਹਾਨੂੰ ਦੇਖਦੇ ਹੀ ਨਹੀਂ ਆ। ਮੈਂ ਤੇ ਸੋਟਾ ਨਹੀਂ ਮਾਰਤਾ, ਮੈਂ ਵੀ ਸਮਝਾਇਆ ਹੀ ਆ, ਮੈਂ ਕੋਈ ਮਾੜੀ ਗੱਲ ਨਹੀਂ ਕੀਤੀ ਆ। ਸੋਟਾ ਮਾਰ ਦੇਣਾ ਸੀ, ਇਹਨਾਂ ਦੇ ਹਾਲ ਹੀ ਇਹੋ ਆ। ਮੇਰੇ ਕੋਲ ਰੋਣ ਡਈ ਕੁੜੀ। ਕੀ ਇਹਨਾਂ ਨੂੰ ਸੋਟਾ ਮਾਰਦਾ ਰੋਣ ਡਈ? ਮੈਨੂੰ ਮੇਰੇ ਸਾਹਮਣੇ ਰੋ ਪੈਂਦੀ ਉੱਥੇ ਹੀ, ਮੈਂ ਕਹਿ ਕੇ ਗਿਆ ਉਹਨੂੰ ਵੀ ਸਮਝਾਇਆ, ਕੋਈ ਮਾੜੀ ਗੱਲ ਨਹੀਂ ਕੀਤੀ ਮੈਂ। ਮੇਰਾ ਕੰਮ ਨਹੀਂ ਤੁਹਾਨੂੰ ਦੇਖਦਾ ਵੀ ਤੂੰ ਤੇ ਮੈਂ ਵੇਖਿਆ ਸਿਰ ਫੜਿਆ ਹੁੰਦਾ ਜਦੋਂ ਤੈਨੂੰ ਕੰਮ ਕਹਿਣ ਨਾ ਦੁੰਦੀਏ, ਤੇ ਜਦੋਂ ਬਿਮਾਰ ਹੋ ਗਈ। ਅੱਛਾ, ਮੈਨੂੰ ਕਦੀ ਕਦੇ ਸਵਾਰ ਕੇ ਉਹਨੂੰ ਤੂੰ ਪੁੱਛੀ, ਉਹੀ ਦਿਮਾਗ ਖਰਾਬ ਕਰਦੇ ਰਹਿੰਦੇ ਆ। ਤੇਰਾ ਤਾਂ ਜ਼ਿਆਦਾ ਦਿਮਾਗ ਖਰਾਬ ਹੁੰਦਾ, ਜਾ ਬੰਨ ਸਿਰ ਨੂੰ ਜਾ ਕੇ ਫੇਰ ਪਰਨਾ ਜਾ। ਕੀ ਤੋਂ ਰਵਾ ਪਾਇਆ ਚਿੜੀਆਂ ਵਾਲਾ, ਬੈਜੋ ਨਹੀਂ ਰੌਲਾ ਕੀ ਪਾਉਣਾ ਬੀਜੀ, 24 ਘੰਟੇ ਮੇਰੇ ਦੁਆਲੇ ਰਹਿੰਦੇ ਆ, ਤੂੰ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ, ਤੁਸੀਂ ਵੀ ਤੇ ਘਰ 'ਚ ਜੇ ਤੁਹਾਨੂੰ ਪਤਾ ਨਹੀਂ ਵੀ ਮੈਂ ਕੰਮ ਕਰਦੀ ਕਿ ਨਹੀਂ ਕਰਦੀ, ਇਹ ਹਰ ਦਿਵਹਾਰ ਵੇਲੇ ਮੇਰੇ ਦੁਆਲੇ ਰਹਿੰਦੇ ਆ, ਚੱਪਾ ਜਿੰਨੀ ਕੁੜੀ ਨੂੰ ਗੱਲਾਂ ਕਰਨ ਡੇ ਸੀ ਸੁੱਖ ਨੂੰ। ਕਿਉਂ ਉਹਨੂੰ ਕੋਈ ਗੱਲਾਂ ਕਰਦਾ ਏ? ਵੀ ਕੰਮ ਨਹੀਂ ਕਰਦੀ, ਨਾ ਤੇਰੀ ਭਰਜਾਈ ਕੰਮ ਕਰਦੀ, ਨਾ ਤੂੰ ਕਰਦੀ, ਸਾਰਾ ਦਿਨ ਚੁਗਲੀਆਂ ਤੇ ਰਹਿੰਦੀ ਆ, ਜੇ ਤਾਂ ਸਹੀ ਕਿਹੜੀਆਂ ਚੁਗਲੀਆਂ ਕਰਦੇ ਆ, ਇਹਨੂੰ ਭਰਜਾਈ ਦੇ ਕੰਮ ਦੇਖਦੇ ਆ ਵੀ ਉਹ ਕੰਮ ਕਰਦੀ ਆ, ਉਹ ਜ਼ਰੂਰ ਲਿਆ ਨੂੰ ਸਾਰਾ ਦਿਨ ਲੱਗੀ ਰਹਿੰਦੀ, ਉਹ ਤਾਂ ਦੇਖਦੀ ਆ, ਅਸੀਂ ਆਪਣਾ ਕਰਕੇ ਬਹਿ ਜਾਂਦੀਆਂ, ਅਸੀਂ ਤਾਂ ਦੇਖਦੀਆਂ ਇਹਨੂੰ। ਉਹ ਮਾਤਾ, ਮੈਂ ਤੈਨੂੰ ਅੱਗੇ ਕੁਛ ਨਹੀਂ ਕਹਿੰਦਾ, ਇਹਦਾ ਤਾਂ ਜਾਣੀ ਦਾ ਰੱਬ ਹੀ ਫਨਾ ਵਾ, ਮਾੜੀ ਜੀ ਗੱਲ ਕੀ ਕਹਿਤੀ, ਟਲ ਤੇ ਚੜਾਉਣ ਦਿੰਦੀ ਗੱਲ ਨੂੰ, ਮੈਂ ਤਾਂ ਪਹਿਲਾਂ ਨੂੰ ਕੋ ਕਹਿ ਕੇ ਖੁਸ਼ ਨਹੀਂ ਆ, ਉਧਰੋਂ ਆਈ ਨੱਠੀ ਸੁੱਖ ਨੇ ਪਤਾ ਨਹੀਂ ਕੀ ਕਹਿਤਾ, ਇਹੀ ਕਿਹਾ ਸੁੱਖ ਨੂੰ ਵੀ ਨਾਲ ਕੰਮ ਕਰਾਇਆ, ਕੋਈ ਮਾੜੀ ਕੰਮ ਕਹਿਤਾ ਕੋ। ਤੂੰ ਇਹਦੇ ਪਿੱਛੇ ਕੀ ਪਿਆ ਰਹਿਣਾ, ਉਹ ਤਗੜੇ ਘਰ ਦੀ, ਉਹਨਾਂ ਉੱਥੇ ਨੌਕਰ ਨੌਕਰ ਰੱਖੇ ਆ, ਨਾ ਉੱਥੇ ਕੰਮ ਉਹਨੇ ਕੀਤਾ ਵਾ, ਤੇ ਉਹਦੇ ਕੋਲ ਨਹੀਂ ਹੁੰਦਾ ਕੰਮ,
ਤੂੰ ਡੰਡਾ ਦੇ ਤੇ ਮੇਰੇ ਸਿਰ ਚ ਮਾਰੇ ਤਗੜੇ ਕਰ ਦੇ ਤੇਰੇ ਵਰਗਿਆਂ ਨੂੰ ਕੋਈ ਠੀਕ ਆ ਅਸੀਂ ਲੁੱਟੇ ਨਹੀਂ ਆ ਮਾਰਾ ਕਰ ਦੀ ਵੀ ਨਹੀਂ ਦਿੰਦੇ ਇਹਨੂੰ ਡੰਡਾ ਫੜਾ ਦੇ ਰੋ ਸਿਰ ਚ ਮਾਰੇ ਤਗੜੇ ਕਰ ਦੀ ਆ ਤੇ ਮੇਜ ਵੇਖ ਲੋ ਕਿਦਾਂ ਦੀਆਂ ਗੱਲਾਂ ਕਰਦੇ ਤੇਰੀ ਤੇ ਜਿੱਦੀ ਕਰਦੀ ਆਈ ਆ ਸ਼ੁਰੂ ਤੋਂ ਆ ਚੰਗੀ ਸੋਹਣੀ ਇੱਤ ਕੰਡ ਹੀ ਮੇਰੀ ਤੈਨੂੰ ਕਰਵਾਉਣੀ ਨਹੀਂ ਆਉਂਦੀ 24 ਘੰਟੇ ਭਾਬੀ ਦਾ ਕੰਮ ਦੇਖਦਾ ਮੈਂ ਨਹੀਂ ਕੰਮ ਕਰਦੀ ਦੱਸ ਚੌਧਰੀ ਮੈਨੂੰ ਲੱਗਾ ਅੱਖਾਂ ਇਹ ਜਿਹਾ ਹੱਥ ਜੋੜਦਾ ਗਾੜੀ ਉਹਦੀ ਚੁੱਕਣਾ ਦੇ ਲੱਗਾ ਜਿੰਨੀ ਚੁੱਕਣਾ ਦਿੰਦੀ ਵੱਡੀ ਦਿੰਦੀ ਕੀ ਹੋ ਗਿਆ ਕਿਉਂ ਰੌਲਾ ਪਾਇਆ ਇਹਨਾਂ ਲੈ ਲਓ ਸੁਣ ਲਓ ਇਹਨਾਂ ਦੀ ਗੱਲ ਸਾਰਾ ਕੁਛ ਕਰ ਕਰਾ ਕੇ ਤੇ ਕਹਿੰਦੇ ਕਿਉਂ ਇਹਨਾਂ ਰੌਲਾ ਪਾਇਆ ਦਵਿੰਦਰ ਕੀ ਕਰਤਾ ਮੈਂ ਗੱਲ ਸੁਣ ਜੇ ਤੇਰੀ ਉਹ ਮੰਨਦਾ ਵਾ ਤੈਨੂੰ ਕੋਈ ਚੱਜ ਦੀ ਮੱਤ ਦੇ ਦਿਆ ਕਰ 24 ਘੰਟੇ ਘਰ ਚ ਕਲਾ ਪਾ ਛੱਡਦਾ ਵਾ ਕੌਣ ਮੰਮੀ ਜੋਬਨ ਪਰ ਮੈਨੂੰ ਕੀ ਕਿਹਾ ਹੁਣ ਕੀ ਪਤਾ ਉਹਨੂੰ ਕੀ ਲੜਿਆ ਵਾ ਨੇ ਕਹਿੰਦਾ ਕਿ ਕਲਾ ਪਾ ਛੱਡਦਾ ਘਰ ਦੇ ਵਿੱਚ ਭਾਬੀ ਕੰਮ ਕਰਦੀ ਹੈ ਤੁਸੀਂ ਕੰਮ ਨਹੀਂ ਕਰਦੀਆਂ ਤੂੰ ਨਿੱਤ ਦੀ ਬਿਮਾਰ ਆ ਕੁੜੀ ਨੂੰ ਗੱਲਾਂ ਕਰਦਾ ਹਟਿਆ ਉਹ ਮੇਰੇ ਕੋਲ ਰੋਂਦੀ ਹਟੀ ਆ ਤੁਸੀਂ ਤੇ ਸਾਰਾ ਦਿਨ ਜਲੂਲੇ ਵਾਂਗੂ ਲੱਗੇ ਰਹਿੰਦੇ ਜੇ ਅਸੀਂ ਆਪਣਾ ਕੰਮ ਕਰਨ ਨਬੇੜ ਕੇ ਘੜੀ ਬਹਿ ਜਾਂਦੀ ਆ ਨਨਾਣ ਭਰਜਾਈ ਜੇ ਗੱਲਾਂ ਕਰਦੀਆਂ ਵਾ ਤੇ ਅਗਲਾ ਕਹਿੰਦਾ ਚੁਗਲੀਆਂ ਕਰਦੀਆਂ ਰਹਿੰਦੀਆਂ 24 ਘੰਟੇ ਸਾਰਾ ਦਿਨ ਭਾਬੀ ਮਰਦੀ ਰਹਿੰਦੀ ਆ ਕੀ ਕਰਦੇ ਰਹਿੰਦੇ ਤੁਸੀਂ ਸਾਰਾ ਦਿਨ ਆਪਣਾ ਕੰਮ ਨੂੰ ਲਮਕਾ ਛੱਡਦੇ ਜੇ ਇਹ ਨਜ਼ਰਾਂ 'ਚ ਇਹੋ ਹੀ ਆ ਕਿ ਭਾਬੀ ਕੰਮ ਕਰਦੀ ਆ ਜਦੋਂ ਬਾਹਰ ਆਉਂਦਾ ਤੁਹਾਨੂੰ ਕੰਮ ਕਰਦਿਆਂ ਵੇਖਦਾ ਵਾ ਤੇ ਬਸ ਇਸੇ ਕਰਕੇ ਉਹਨੇ ਇੱਕ ਪੱਤ ਪਾਇਆ ਵਾ ਇੰਦਰ ਜਿਹੜਾ ਤੂੰ ਆ ਕਹਿੰਦੀ ਨਾ ਕਿ ਮੈਂ ਜਲੂਲੇ ਵਾਂਗੂ ਕੰਮ ਲੱਗੀ ਰਹਿੰਦੀ ਆ ਪੂਰਾ ਦਿਨ ਕੰਮ ਕਰਦੀ ਆ ਤੂੰ ਇੱਕ ਕੰਮ ਕਰਕੇ ਸਿਰ ਬੰਨ ਕੇ ਬਹਿ ਜਾਂਦੀ ਆ ਤੇ ਮੈਂ ਤੇ ਜਲੂਲੇ ਵਾਂਗੂ ਆਪੇ ਹੀ ਲੱਗਣਾ ਵਾ ਦੂਜੀ ਗੱਲ ਤੂੰ ਹਰ ਗੱਲ ਤੇ ਕਹਿ ਦਿੰਦੀ ਅਸੀਂ ਆਪਣਾ ਕੰਮ ਕਰਕੇ ਬਹਿ ਲੈਂਦੇ ਹਾਂ ਅਸੀਂ ਆਪਣਾ ਕੰਮ ਕਰਕੇ ਰੈਸਟ ਕਰ ਲੈਂਦੇ ਵੰਡੇ ਆ ਕੰਮ ਜਾਂ ਤੇ ਕਹਿ ਕੰਮ ਵੰਡੇ ਆ ਤੇ ਤੁਸੀਂ ਆਪਣੇ ਵੰਡੇ ਦਾ ਕਰਕੇ ਬਹਿ ਲੈਂਦੀ ਆ ਮੇਰਾ ਪਿਆ ਰਹਿੰਦਾ ਵਾ ਕਦੇ ਕਿਹਾ ਵਾ ਵੀ ਚੱਲ ਰਲ ਕੇ ਕੰਮ ਕਰੀਏ ਜਿੰਨਾ ਚਿਰ ਕੰਮ ਨਿਬੜਦਾ ਨਹੀਂ ਕਿਸੇ ਨੇ ਵੀ ਨਹਾਉਣਾ ਧੋਣਾ ਨਹੀਂ ਆ ਸਾਰੇ ਜਾਣੇ ਕੰਮ ਕਰਕੇ ਫਿਰ ਫਰੈਸ਼ ਹੋਵਾਂਗੇ ਮੇਰੇ ਕੋਲ ਜਿੰਨਾ ਕੁ ਹੁੰਦਾ ਮੈਂ ਤੇ ਉਹਨਾਂ ਕੁ ਕਰਨਾ ਮੈਂ ਤੇ ਬੀਜੀ ਨੂੰ ਵੀ ਦੱਸਿਆ ਵਾ ਮੇਰੇ ਕੋਲ ਵਾਧੂ ਕੰਮ ਨਹੀਂ ਹੁੰਦਾ ਤੇ ਨਾ ਮੈਂ ਕਦੀ ਕੀਤਾ ਵਾ ਤੇ ਫਿਰ ਜੋ ਬੰਦੇ ਨੇ ਵੇਖਣਾ ਵਾ ਉਹੀ ਬੋਲਣਾ ਫਿਰ ਗੁੱਸਾ ਕਾਹਤੋਂ ਲੱਗਦਾ ਤੇ ਫਿਰ ਉਹਨੂੰ ਸਮਝਾਇਆ ਕਰੋ ਨਾ 24 ਘੰਟੇ ਦਿਵਾਲੇ ਰਹਿੰਦਾ ਵਾ ਜਦੋਂ ਮੈਂ ਕੰਮ ਕਰਦੀ ਉਦੋਂ ਨਹੀਂ ਉਹਨੂੰ ਦੇਖਦਾ ਜਦੋਂ ਤੁਸੀਂ ਕੰਮ ਕਰਨਦੇ ਤੇ ਉਹ ਦੇਖਦਾ ਉਹ ਆਣ ਕੇ ਮੇਰੇ ਦਿਵਾਲੇ ਹੁੰਦਾ ਸਾਰਾ ਦਿਨ ਤੂੰ ਲੰਮੇ ਪਈ ਰਹਿਨੀ ਬਿਮਾਰ ਰਹਿਨੀ ਇਹ ਚ ਮੇਰੀ ਨਹੀਂ ਗਲਤੀ ਦਵਿੰਦਰ ਮੈਂ ਤੈਨੂੰ ਪਹਿਲਾਂ ਵੀ ਕਿਹਾ ਕਿ ਜੋ ਬੰਦੇ ਨੇ ਵੇਖਣਾ ਵਾ ਉਹੀ ਬੋਲਣਾ ਪਰ ਉਹ ਨਹੀਂ ਬੋਲਦਾ ਜੋ ਵੇਂਦਾ ਵਾ ਜੋ ਤੂੰ ਸਿਖਾਦੀ ਹੈ ਨਾ ਉਹ ਬੋਲਦਾ ਵਾ ਉਹ ਭਾਸ਼ਾ ਬੋਲਦਾ ਹੀ ਉਹ ਬੋਲੀ ਬੋਲਦਾ ਤੇਰੀ ਚੱਲ ਪ੍ਰੀਤ ਤੂੰ ਗੱਲਾਂ ਦੱਸਦੀ ਇਹਨੂੰ ਪ੍ਰੀਤ ਚੱਲ ਮੇਰੀ ਗੱਲ ਸੁਣ ਬੰਦੇ ਦੇ ਕੰਨਾਂ 'ਚ ਇਹਨੇ ਨਹੀਂ ਗੱਲ ਨਹੀਂ ਪਾਈਦੀ ਘਰਾਂ 'ਚ ਕਲੇ ਪੈਂਦੀ ਆ ਲੜਾਈ ਹੁੰਦੀ ਘਰ ਦੇ ਵਿੱਚ ਬੀਜੀ ਨਾ ਬੋਲਿਆ ਕਰ ਅੱਜ ਤੱਕ ਮੈਂ ਇਹਨਾਂ ਦੇ ਕੰਨਾਂ 'ਚ ਕਿੰਨੀਆਂ ਕੁ ਗੱਲਾਂ ਪਾਈਆਂ ਵਾ ਜਿਹੜੀਆਂ ਜੋ ਬੰਦੇ ਕੰਨਾਂ 'ਚ ਪਾਉਣੀਆਂ ਇਹ ਕੀ ਬੋਲਦੀ ਆ ਤੁਹਾਨੂੰ ਪਤਾ ਹੀ ਆ ਚੰਗੀ ਤਰ੍ਹਾਂ ਭੁਲੇਖਾ ਨਹੀਂ ਕਿਸੇ ਦਾ ਵੀ ਗਲਤੀ ਨੂੰ ਗਲਤੀ ਕਿਹਾ ਕਰੋ ਤੁਸੀਂ ਸਿਆਣੇ ਹੋ ਵੱਡੇ ਹੋ ਬੀਜੀ ਕੋਹਕ ਤੇ ਕਹਿੰਦੇ ਆ ਉਹਦੇ ਕੰਨਾਂ 'ਚ ਦੁੰਦੜਾ ਵਜਾਉਂਦੀ ਆ ਤਾਂ ਹੀ ਉਹ ਆਣ ਕੇ ਮੇਰੇ ਦਿਵਾਲੇ ਹੁੰਦਾ ਵਾ ਉਹ ਕੁੜੀ ਨੂੰ ਵੀ ਤਾਂ ਹੀ ਬੋਲਿਆ ਵਾ ਅਸੀਂ ਤੇ ਪੈਰੀ ਦਾ ਕਰਕੇ ਚੁੱਪ ਹੋਏ ਪੈਰੀ ਨਾ ਹੋ ਲੈਂਦੇ ਟਿੱਚ ਬਣਨ ਨਾ ਜਾਣੀਏ ਬੀਜੀ ਵੇੜਾ ਕਿਹੜਾ ਵੇਂਦੇ ਜੇ ਪੈਰੀ ਨਾ ਕਰਾਓ ਤੇ ਫਿਰ ਤੇ ਇਹਨੂੰ ਅਸੀਂ ਘਰ 'ਚ ਚੁਟਕੀ ਵਾਂਗੂ ਨਹੀਂ ਜਾਣਨਾ ਦੇਖਦੇ ਸੀ ਕੀ ਬਣਦਾ ਸਿੱਧਾ ਸਿੱਧਾ ਜੋ ਬੰਨੂੰ ਕਹਿ ਦੇਣਾ ਮੇਰੀ ਕੋਈ ਗੱਲ ਕਰੇ ਹੀ ਨਾ ਕਰ ਕੀ ਬਣ ਰਿਹਾ ਵਾ ਬਣਨਾ ਕੀ ਆ ਜੋ ਬੰਨੇ ਕੀ ਦਵਿੰਦਰ ਨੂੰ ਕਹਿਤਾ ਉਹਨਾਂ ਵਾ ਕੀ ਭਾਬੀ ਇਕੱਲੀ ਕੰਮ ਕਰਦੀ ਰਹਿੰਦੀ ਤੁਸੀਂ ਨਾਲ ਨਹੀਂ ਕਰਾਉਂਦੀਆਂ ਇਸੇ ਗੱਲੋਂ ਦਵਿੰਦਰ ਮੇਰੇ ਦਿਵਾਲੇ ਹੋਈ ਤੇ ਬੀਜੀ ਵੀ ਇਹ ਗੱਲ ਨੂੰ ਸਮਝਦੇ ਨਹੀਂ ਆ ਜਦੋਂ ਮੈਂ ਨਹੀਂ ਘਰ ਦੇ ਵਿੱਚ ਕਦੀ ਕੋਈ ਗੱਲ ਕੀਤੀ ਵੀ ਚਲੋ ਕੰਮ ਦੀ ਕਿਹੜੀ ਗੱਲ ਆ ਦਵਿੰਦਰ ਨੇ ਘੱਟ ਕੀਤਾ ਤੇ ਘੱਟ ਕਰ ਲੈਂਦੀ ਆ ਹੁਣ ਜੋ ਬੰਦਾ ਵੇਂਦਾ ਵਾ ਉਹ ਬੰਦੇ ਨੇ ਕਹਿਣਾ ਵੀ ਆ ਕਹਿੰਦੀ ਤੂੰ ਜੋ ਬੰਦੇ ਕੰਨ ਭਰਦੀ ਆ ਜੋ ਬੰਨੂੰ ਸਿਖਾਲਦੀ ਆ ਜੇ ਵੋ ਹੁਣ ਤੁਸੀਂ ਵੀ ਇੱਥੇ ਰਹਿੰਦੇ ਹੋ ਤੁਹਾਡੇ ਕੰਨਾਂ 'ਚ ਮੈਂ ਇੱਦਾਂ ਦੀ ਕਦੀ ਕੋਈ ਗੱਲ ਪਾਈ ਆ ਜੇ ਮੈਂ ਕੋਈ ਗੱਲ ਕਹਿਣੀ ਵੀ ਹੋਊਗੀ ਆਪਣਾ ਕੋਈ ਗੁੱਸਾ ਕੱਢਣਾ ਵੀ ਹੋਊਗਾ ਤੇ ਤੁਹਾਨੂੰ ਕਹੂੰਗੀ ਜੋ ਬੰਨੂੰ ਕੋ ਕਹੂੰਗੀ ਉਹ ਕਹਿੰਦੀ ਕਿਹੜੀ ਗੱਲੋਂ ਆ ਗੱਲ ਕੀ ਹੋਈ ਆ ਜੋ ਬੰਨ ਕਿਤੇ ਨਾਰਾਜ਼ ਹੋਇਆ ਹੋਣਾ ਉਹਨੂੰ ਤੂੰ ਕੰਮ ਨਹੀਂ ਕਰਦੀ ਉਹ ਗੱਲ ਤੋਂ ਗੱਲ ਬਣਾ ਲਈ ਆ ਵੀ ਤੂੰ ਜੋ ਬੰਨੂੰ ਸਿਖਾਲਦੀ ਆ ਤੇ ਜਲੂਲ ਲਿਆਂਗੂ ਸਾਰਾ ਦਿਨ ਲੱਗੀ ਰਹਿੰਦੀ ਤੂੰ ਕੰਮ ਕਰਦੀ ਉਹਨੂੰ ਦੀਦੀ ਆ ਸਾਡਾ ਕੰਮ ਦੀਦਾ ਨਹੀਂ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਪਤਾ ਨਹੀਂ ਮੇਰੇ ਨਾਲ ਕੀ ਨਾਰਾਜ਼ਗੀ ਹੈ ਉਹ ਗੱਲ ਸੁਣ ਮਾਤਾ ਦਾ ਤੇ ਗੱਲ ਦਾ ਗੁੱਸਾ ਨਾ ਕਰਿਆ ਕਰ ਕਿਉਂਕਿ ਉਹਦਾ ਤਾਂ ਹੁਣ ਸੁਭਾਅ ਹੀ ਇੱਦਾਂ ਦਾ ਵਾ ਉਹ ਸਾਰਿਆਂ ਨੂੰ ਇੱਦਾਂ ਬੋਲਦੀ ਆ ਬਾਕੀ ਰਹੀ ਗੱਲ ਕੰਮ ਦੀ ਕੰਮ ਕਰਿਆ ਕੋਈ ਮਰਦਾ ਨਹੀਂ ਆ ਠੀਕ ਆ ਨਾ ਅਜੇ ਤੱਕ ਕੋਈ ਮਰਿਆ ਨਾ ਮਰਨਾ ਮੈਂ ਤਾਂ ਕਦੇ ਕੋਈ ਕੰਮ ਦੀ ਗੱਲ ਕੀਤੀ ਨਹੀਂ ਤੇ ਆ ਕੰਮ ਨੂੰ ਤੇ ਤੂੰ ਚੜਾਤਾ ਚਣੇ ਦੇ ਪੇੜ ਤੇ ਪਤਾ ਨਹੀਂ ਕੰਮ ਹਾਏ ਤੂੰ ਮੇਰੀ ਗੱਲ ਨੂੰ ਸਮਝਦੇ ਕਿਉਂ ਨਹੀਂ ਆ ਮੈਂ ਕਿੱਥੇ ਚੜਾਤਾ ਮੈਂ ਤੇ ਕਦੀ ਨਾ ਹੀ ਨਹੀਂ ਲਿਆ ਤੇ ਕੰਮ ਕੋਲੋਂ ਤੇ ਲੜਾਈ ਹੋਈ ਆ ਜਿਹੜੀ ਕਹਿੰਦੀ ਵੀ ਉਹਨੂੰ ਚੁੱਕਤਾ ਉਹਨੇ ਉਹਨੂੰ ਗਾਲਾਂ ਕੱਢੀਆਂ ਉਹਨੇ ਉਹਨੂੰ ਕੱਢੀਆਂ ਸਾਰਾ ਕੰਮ ਦਾ ਤੇ ਪੁਆੜਾ ਵਾ ਪਰ ਜੇ ਉਹ ਮੈਨੂੰ ਕੰਮ ਕਰਦੀ ਨੂੰ ਵੇਂਦਾ ਵਾ ਜੇ ਉਹਨੇ ਇਹ ਗੱਲ ਕਹੀ ਆ ਤੇ ਚ ਮੇਰਾ ਕੀ ਕਸੂਰ
पता नहीं कहते तुम बंद रोटियां बनाते जे चार जी घर दे तीन जनिया पकाने वाली कम 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 सारे दिहाड़ी यही टले चढ़ा छड़ दियाँ। बाकी मैनू पता वा तेरा जरा मूँह बनया वा ना कि मैं उस दिन पेके नहीं जान दिता तो जा जाके अपने मुंडे लैके सवेरे जा आया। एक गल होर याद रखी मम्मी अपनी कन्ना चो कढ़ दी जी मैं तेन गल कही उस दिन पैली वाली साड़ी सलाह तो बिना कोई काम ना हो दस दी उन्होंने हद हो गई है। आ बंदे ने तो मैं सारी उम्र संभाल नहीं सकी इन्हें तो मेरी कोई गल मनी नहीं तो जो मनु मैं की चुकना देनी मैं तो अद ही समझ आती मैं तो घर के माहौल चाल दी माता की है कुत्ती चीका पाया रहो कहला कुछ चीका पाया वा ਉਹ ਇੱਕ ਅੰਦਰ ਮੂੰਹ ਫਲਾ ਕੇ ਬੈਠੀ ਆ ਕੰਮ ਕੰਮ ਕੁੜੀ ਜਵਾ ਕੰਮ ਹੀ ਇੰਨਾ ਜ਼ਿਆਦਾ ਹੋ ਗਿਆ ਇਹ ਕਰਦਾ ਹੀ ਕੰਮ ਚੜ ਗਿਆ ਟਿੱਲ ਤੇ ਹੁਣ ਕੀ ਪਤਾ ਕਿਹਦਾ ਕਸੂਰ ਹੋਇਆ ਇੰਨਾ ਚੋ ਤੂੰ ਕਿੰਨਾ ਕੁ ਕੰਮ ਆ ਗਿਆ ਸਾਡੇ ਘਰ ਦਾ ਇੱਕ ਦੋ ਰੋਟੀਆਂ ਹੀ ਲਾਉਣੀਆਂ ਵਾ ਤੇ ਫਿਰ ਕਾਦੇ ਕੋਲ ਲੜਦੀਆਂ ਰਹਿੰਦੀਆਂ ਵਾ ਪਤਾ ਤੇ ਲੱਗੇ ਵੀ ਕਸੂਰ ਕਿਹਦਾ ਵਾ ਪਤਾ ਤੇਰੇ ਨਾਲ ਦੀ ਦਾ ਕਸੂਰ ਹੀ ਉਹ ਕਿਉਂ ਉਹ ਨਿੱਕੇ ਨੂੰ ਚੁੱਕਦੀ ਰਹਿੰਦੀ ਆ ਜੋਬਨ ਨੂੰ ਆਹੋ ਕਿਹੜੀ ਗੱਲੋਂ ਇਹ ਕੰਮ ਨਹੀਂ ਕਰਦੀ ਇਹ ਕੰਮ ਨਹੀਂ ਕਰਦੀਆਂ ਦੋਵੇਂ ਨਨਾਣ ਭਰਜਾਈ ਕਮਾਦਾ ਤੂੰ ਥੋੜਾ ਵੇਖਿਆ ਕਰ ਇਹਨਾਂ ਨੂੰ ਖਿੱਚ ਕੇ ਰੱਖਿਆ ਕਰ ਇਦਾਂ ਨਹੀਂ ਗੱਲ ਬਣਨੀ ਤੇ ਵਖ ਜੋਬਨ ਨੇ ਵਖ ਕੂਰ ਕੂਰੇ ਕੁੜੀ ਨੂੰ ਕੂਰਿਆ ਹੈ ਬੰਨੇ ਕੀ ਆਖਿਆ ਨੂੰ ਉਹ ਲੜਦਾ ਉਹਦੇ ਨਾਲ ਗੁਰਵਿੰਦਰ ਨਾਲ ਨਾ ਸੁਖ ਨੂੰ ਉਹਨੇ ਮਾੜਾ ਚੰਗਾ ਬੋਲਿਆ ਵਾ ਭੈਣ ਨੂੰ ਤੁਸੀਂ ਕੰਮ ਨਹੀਂ ਕਰਦੀਆਂ ਸਾਰੇ ਪੁਆਰੇ ਇਹਦੇ ਹੀ ਉਹ ਤੇਰੀ ਦੇ ਇਹਨੂੰ ਸਮਝਾ ਲਾ ਉਹ ਇਹਦਾ ਵੀ ਮੈਂ ਕਰ ਦੂੰਗਾ ਜੇ ਕੰਮ ਕਰਦੀ ਆ ਤੇ ਮੇਰੇ ਇਦਾਂ ਲੜਾਈ ਕਿਉਂ ਕਰਾਉਂਦੀ ਆ ਉਹ ਤੂੰ ਰੁਕ ਜਾ ਸਮਾਂ ਆਉਣ ਦੇ ਇਹਦਾ ਵੀ ਇਲਾਜ ਹੋ ਜਾਣਾ ਵਾ ਮੈਨੂੰ ਇੱਕ ਰੁਪਏ ਲਿਖਵਾ ਲੈਣ ਦੇ ਫਿਰ ਹੋ ਜਾਣੂ ਸ਼ਾਂਤ ਆਪੇ ਮੰਮੀ ਇਸੇ ਕਰਕੇ ਬੈਠੀ ਮਿੱਠੀ ਹੋ ਗਈ ਹਾਂ ਫਿਰ ਮੈਂ ਟਿੱਚ ਨਹੀਂ ਸਮਝਣਾ ਇਹਨੂੰ ਕਿ ਮੈਂ ਦੱਸ ਦੂੰ ਵੀ ਸੱਸਾਂ ਕੀ ਚੀਜ਼ ਹੁੰਦੀਆਂ ਹਾਂ ਮੇਰਾ ਕੀ ਵੇਖ ਲਈ ਇਹੋ ਕੰਮ ਕਰਦੀ ਹੁਣ ਨਿੱਕੀ ਵਿਆਹੀ ਆਈ ਆ ਕਹਿੰਦੇ ਕਹਿੰਦੇ ਕਰੂੰ ਤੂੰ ਨਹੀਂ ਕਰਦੀ ਤੇ ਉਹਦੇ ਨਾਲ ਬਿਸਕਾ ਕਰਦੀ ਆ ਮਾਤਾ ਮੈਂ ਗੱਲ ਦੱਸਾਂ ਕਹਿੰਦੇ ਕਹਾਉਂਦੇ ਘਰਾਂ ਤੋਂ ਜਿੱਥੋਂ ਮਰਜ਼ੀ ਆਵੇ ਵੱਡੇ ਘਰ ਤੋਂ ਆਵੇ ਛੋਟੇ ਘਰ ਤੋਂ ਕੰਮ ਤੇ ਸਾਰਿਆਂ ਨੂੰ ਬਰਾਬਰ ਕਰਨਾ ਚਾਹੀਦਾ ਵਾ ਬਾਕੀ ਮੈਂ ਕਿਸੇ ਦਾ ਪਕਸ਼ ਨਹੀਂ ਲੈਣਾ ਵੀ ਇਹ ਕਰਨ ਦੀ ਉਹ ਨਹੀਂ ਕਰਦੀ ਤੂੰ ਆਪ ਵੇਖਿਆ ਕਰ ਨੌ ਸੱਸਾਂ ਨੂੰ ਸੱਸ ਦਾ ਹੀ ਕੰਮ ਹੁੰਦਾ ਵਾ ਧੀਆਂ ਭੈਣਾਂ ਨੂੰ ਕਿੱਦਾਂ ਕੰਮ ਲਾਉਣਾ ਕੀ ਕਰਾਉਣਾ ਹੁਣ ਜਨਾਨੀਆਂ ਦੀ ਗੱਲਾਂ ਵਿੱਚ ਮੈਂ ਆਊਂਗਾ ਪਰ ਮੈਂ ਇਦਾਂ ਨਾ ਚੁਕੁੱਤੀ ਜੀ ਕਰਨੀ ਚੱਲਣ ਦੇਣਾ ਘਰ ਵਿੱਚ ਉਹ ਨਵੀਂ ਸਮੀ ਆਈ ਆ ਰਲਜੂ ਟੱਬਰ ਦੇ ਵਿੱਚ ਆਸਤੇ ਆਸਤੇ ਰਲੂਗੀ ਐਡੀ ਛੇਦੀ ਬੰਦਾ ਰਲਦਾ ਨਹੀਂ ਸਾਲ ਖੰਡ ਲੱਗਦਾ ਵਿੱਚ ਰਲਦਿਆਂ ਮਾਤਾ ਤੂੰ ਕਹਿਣ ਦੀ ਆ ਵੀ ਸਾਲ ਖੰਡ ਲੱਗਦਾ ਵਾ ਬਹੂ ਧੀ ਆਈ ਨੂੰ ਵਿੱਚ ਰਲਣ ਦੇ ਪਰਿਵਾਰ ਦੇ ਉਹਨੂੰ 3.5 ਸਾਲ ਹੋ ਗਏ ਆਈ ਨੂੰ ਹੋਰ ਕਿਹੜਾ ਸਾਲ ਖੰਡ ਚਾਹੀਦਾ ਉਹਨੂੰ ਥੋੜ੍ਹਾ ਬੈਲੈਂਸ ਬਣਾ ਕੇ ਰੱਖ ਇਹਨੂੰ ਡਾਂਟਿਆ ਕਰ ਮੁੜ ਕੇ ਪਛਤਾਵੇਗੀ ਇਹ ਵੀ ਉਹਦਾ ਹੀ ਟੈਨਸ਼ਨ ਚੁੱਕਦਾ ਇਹਨੇ ਕੀ ਸਿਰ 'ਚ ਪਾਇਆ ਉਹ ਵੀ ਉਹਦੀ ਬੋਲੀ ਬੋਲਦਾ ਵਾ ਉਹ ਵੀ ਉਹਦੀ ਬੋਲਦਾ ਮੈਨੂੰ ਤਾਂ ਹੈਰਾਨ ਵਾ ਵੀ ਕੀ ਬਣ ਰਿਹਾ ਮੇਰੇ ਘਰ ਦੇ ਵਿੱਚ ਕੀ ਗੱਲ ਆਈ ਉਹ ਬੜੇ ਚੁੱਪ ਜੇ ਬੈਠੇ ਜੇ ਕੁਛ ਨਹੀਂ ਕੁਛ ਤੇ ਹੋਇਆ ਵਾ ਉਹ ਵੀ ਕੋਈ ਦਿਨ ਹੁੰਦਾ ਵਾ ਜਿੱਦਣ ਸਾਡੇ ਘਰ ਕੁਛ ਹੁੰਦਾ ਨਹੀਂ ਹੈ ਤੇ ਹੁਣ ਕੀ ਹੋ ਗਿਆ ਮੰਮੀ ਹੋਣਾ ਕੀ ਆ ਚਾਚੇ ਤੇਰੇ ਨੇ ਕਿਤੇ ਭੂਈ ਨੂੰ ਤੇ ਚਾਚੀ ਨੂੰ ਕਹਿਤਾ ਵੀ ਤੁਸੀਂ ਭਾਬੀ ਨਾਲ ਬਰਾਬਰ ਕੰਮ ਨਹੀਂ ਬਣਾਉਂਦੀਆਂ ਇਸੇ ਗੱਲ ਦੀਆਂ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਬਣ ਗਈਆਂ ਘਰ ਦੇ ਵਿੱਚ ਬੀਜੀ ਵੀ ਨਾਲ ਹੀ ਰਲ ਜਾਂਦੇ ਆ ਸਾਰੇ ਦਿਨ ਮੰਜੀ ਤੇ ਬੈਠੇ ਵਹਿੰਦੇ ਰਹਿੰਦੇ ਆ ਬੀਜੀ ਨੂੰ ਕਿਹੜਾ ਭਲੇ ਲੱਭਦਾ ਨਹੀਂ ਆ ਵੀ ਕਿਹੜਾ ਕਿਹੜੇ ਹਿਸਾਬ ਨਾਲ ਚੱਲਣ ਡਿਆ ਵਾ ਚੰਗੇ ਬਣੋ ਤਾਂ ਮਾੜੇ ਤੇ ਮਾੜੇ ਬਣੋ ਫਿਰ ਤਾਂ ਬੰਦਾ ਹੈ ਹੀ ਮਾੜਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਨੂੰ ਚੁੱਪ ਕੀਤੀ ਇਹਨੂੰ ਨਹੀਂ ਛੱਡਦੇ ਨਾ ਮੈਂ ਕਹਿੰਦੀ ਗੱਲ 'ਚ ਆਉਂਦੀ ਹਾਂ ਨਾ ਕਿਸੇ ਨੂੰ ਚੰਗੀ ਨਾ ਮਾੜੀ ਨਾ ਮੈਂ ਕਦੀ ਕੰਮ ਤੋਂ ਕਿਹਾ ਵਾ ਫਿਰ ਵੀ ਜਦੋਂ ਵੀ ਕੋਈ ਘਰ 'ਚ ਲੜਾਈ ਹੁੰਦੀ ਨਾ ਘੁੰਮ ਘੁਮਾ ਕੇ ਗੱਲ ਮੇਰੇ ਪੈ ਜਾਂਦੀ ਹੈ ਗੱਲ ਤੇ ਮੰਮੀ ਆਪੇ ਪੈਣੀ ਆ ਮੈਂ ਤੁਹਾਨੂੰ ਪਹਿਲਾਂ ਵੀ ਬੜੀ ਗੱਲ ਸਮਝਾਇਆ ਵਾ ਵੀ ਥੋੜਾ ਰੋ ਨਾ ਨਿਆ ਕਰੋ ਪਰ ਮੈਨੂੰ ਨਹੀਂ ਚੰਗਾ ਲੱਗਦਾ ਘਰ 'ਚ ਇੱਕ ਦੂਜੇ ਦੇ ਗਾੜੀ ਬੋਲਣਾ ਨਿੱਕੀ ਨਿੱਕੀਆਂ ਗੱਲਾਂ ਤੋਂ ਲੜਾਈ ਕਰਨੀ ਜਦੋਂ ਮੰਮੀ ਉਹ ਨਹੀਂ ਸੋਚਦੇ ਇੰਨੀ ਗੱਲ ਤੁਸੀਂ ਕਿਉਂ ਸੋਚਦੇ ਜੇ ਜਿੱਦਾਂ ਦਾ ਅਗਲਾ ਉਦਾਂ ਦਾ ਹੋ ਜਾਣਾ ਚਾਹੀਦਾ ਵਾ ਫਿਰ ਚੱਲ ਛੱਡ ਇਹਨਾਂ ਗੱਲਾਂ ਨੂੰ ਇਹ ਤਾਂ ਨਿੱਤ ਦਾ ਹੀ ਕੰਮ ਹੋ ਗਿਆ ਵਾ ਤੇਰੇ ਪਾਪਾ ਨੇ ਕਹਿਤਾ ਵਾ ਤੇ ਪਿੰਡੋਂ ਹੋ ਆਵੋ ਜਾ ਕੇ ਸੱਚੀ ਹਾਂ ਪਰ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਕਹੀ ਆ ਪਹਿਲਾਂ ਵੀ ਇੱਕ ਦਿਨ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ
तेरे नाल तो मैं कभी इदां दी कोई गल कीती नहीं आ। तेरे पापा का कहना वा भी जिहड़ी उत्थे मेरे नाम पैली आ ना वह राजवीर दे नाम नहीं होंदी नी, इन्हां दे नाम होवे। लै मम्मी वह पैली दे नानी होना दी आ, इन्हां दा उत्ते की हक। गल तो तेरी सही है गौरव, चलो नानी दे बाद पैली मेरे नाम ही होनी ही, पर जदों अहीं लै के मुंडा पालिया वा उहनू अपना बनाया वा तो हुण उहनू की कहांगे भी तू चल जा, तैनू अहीं पैली बनना नहीं देना, नाले इन्हां दा की जाना वा, बदनामी तो उत्थे मेरी हो जानी है। कहना कुड़ी ने भरा नाल शरीके कीते पैली लै गई है, सारे तो बुरे बन वाली गल है। मैनू तो यह गल तो इन्ना डर आन डिया वा कि जिस दिन यह मसला खड़ा होया ना पता नहीं मैनू किहदे किहदे नाल बुरे बनना पैना वा। मैं कहना तुसीं नानी नाल गल करियो ही ना, एवें टेंशन लैणगे, तुहानूं पहलां पता उह बीमार रहिंदे आ। इन्हां ने फिर मैनूं आउंदे ही पुछना वा कि तैनूं जिहड़ा काम भेजिया सी जिहदे कारण डिया भी जावां ही ना। की आ मम्मी जी जान नूं कह दित्ता वा क्या नवा स्यापा पाता वा। चलो कोई नहीं चुप कीता रह, अज इह गल दा ना ना लवांगे, बाद च वेखी जाऊगी, वेख के ते आवां किन्ने दिन होए बीमार वा, शुकर है कि तुहानूं भी जान नूं कहा वा। मैनूं रोटी लिया दो भुख लगी आ। पापा भी ना बस मम्मी दुआले होए रहिंदे आ।